ਦੋ ਧਿਰਾਂ ਦੇ ਵਿਚਕਾਰ ਜ਼ਬਰਦਸਤ ਲੜਾਈ ਹੋਈ ਹੈ ਅਤੇ ਪੁਲਿਸ ਜਦੋਂ ਛੁਡਾਉਣ ਦੇ ਲਈ ਪਹੁੰਚੀ ਤਾਂ ਪੁਲਿਸ ਦੇ ਉੱਤੇ ਵੀ ਹਮਲਾ ਕਰ ਦਿੱਤਾ ਗਿਆ, ਜਿਸ ਦੇ ਵਿੱਚ ਦੋ ਤੋਂ ਤਿੰਨ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਨੇ। ਤਾਂ ਦੱਸ ਦਈਏ ਕਿ ਪੁਰਾਣੀ ਰੰਜਿਸ਼ ਨੂੰ ਲੈ ਕੇ ਦੇਰ ਰਾਤ ਇੱਕ ਪਿੰਡ ਦੇ ਵਿੱਚ ਦੋ ਗੁੱਟ ਆਮੋ ਸਾਹਮਣੇ ਹੋ ਗਏ। ਪਹਿਲਾਂ ਤਾਂ ਇੱਕ ਦੂਜੇ ਦੇ ਉੱਤੇ ਲਾਠੀ ਡੰਡਿਆਂ ਦੇ ਨਾਲ ਹਮਲਾ ਕੀਤਾ ਗਿਆ ਅਤੇ ਜਿਵੇਂ ਹੀ ਕਿਸੇ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਪੁਲਿਸ ਜਦੋਂ ਮੌਕੇ ਦੇ ਉੱਤੇ ਇਹਨਾਂ ਨੂੰ ਸ਼ਾਂਤ ਕਰਨ ਦੇ ਲਈ ਪਹੁੰਚੀ ਤਾਂ ਕਿਹਾ ਜਾ ਰਿਹਾ ਕਿ ਪੁਲਿਸ ਦੇ ਉੱਤੇ ਵੀ ਇੱਟਾਂ ਰੋੜਿਆਂ ਦੀ ਬਰਸਾਤ ਕਰ ਦਿੱਤੀ ਗਈ, ਜਿਸ ਦੇ ਵਿੱਚ ਪੁਲਿਸ ਦੇ ਵੀ ਕਈ ਮੁਲਾਜ਼ਮ ਜ਼ਖਮੀ ਹੋਏ ਨੇ। ਤਾਂ ਦੱਸ ਦਈਏ ਕਿ ਖਬਰ ਮੋਗਾ ਦੇ ਪਿੰਡ ਅਮਲੀਵਾਲਾ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਦੋ ਗੁੱਟ ਆਪਸ ਦੇ ਵਿੱਚ ਭਿੜੇ ਨੇ, ਦੋਵਾਂ ਧਿਰਾਂ ਦੇ ਵਿਚਾਲੇ ਗੋਲੀਆਂ ਵੀ ਚੱਲੀਆਂ ਨੇ। ਤਾਂ ਦੱਸ ਦਈਏ ਕਿ ਇੱਕ ਸ਼ਖਸ ਨੂੰ ਗੋਲੀ ਲੱਗਣ ਦੀ ਵੀ ਖਬਰ ਸਾਹਮਣੇ ਆਈ ਹੈ ਅਤੇ ਜਦੋਂ ਪੁਲਿਸ ਇਸ ਮਾਮਲੇ ਨੂੰ ਸ਼ਾਂਤ ਕਰਨ ਦੇ ਲਈ ਪਹੁੰਚੀ ਤਾਂ ਪੁਲਿਸ ਦੇ ਉੱਤੇ ਵੀ ਇੱਟਾਂ ਪੱਥਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ। ਤਾਂ ਇਸ ਦੌਰਾਨ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਤੜਕੇ ਤੜਕੇ ਹੁਣ ਪਿੰਡ ਦੇ ਵਿੱਚ ਪੁਲਿਸ ਜੋ ਹੈ ਉਹ ਪਹੁੰਚੀ ਹੈ ਅਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਤਾਂ ਮੋਗਾ ਦੇ ਪਿੰਡ ਅਮਲੀਵਾਲਾ ਤੋਂ ਇਹ ਖਬਰ ਸਾਹਮਣੇ ਆਈ ਹੈ, ਜਿੱਥੇ ਕਿ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਧਿਰਾਂ ਆਮੋ ਸਾਹਮਣੇ ਹੋ ਗਈਆਂ। ਲਾਠੀ ਡੰਡਿਆਂ ਤੋਂ ਬਾਅਦ ਨੌਬਤ ਇੱਕ ਦੂਜੇ ਦੇ ਉੱਤੇ ਗੋਲੀ ਚਲਾਉਂਦੀ ਆ ਜਾਂਦੀ ਹੈ ਅਤੇ ਗੋਲੀਆਂ ਜਦੋਂ ਚੱਲਦੀਆਂ ਨੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਹੈ, ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਅਤੇ ਪੁਲਿਸ ਦੇ ਮੁਲਾਜ਼ਮ ਜਦੋਂ ਮੌਕੇ ਦੇ ਉੱਤੇ ਪਹੁੰਚਦੇ ਨੇ ਤਾਂ ਪੁਲਿਸ ਦੇ ਉੱਤੇ ਵੀ ਹਮਲਾ ਕਰ ਦਿੱਤਾ ਜਾਂਦਾ ਹੈ। ਦੋ ਤੋਂ ਤਿੰਨ ਮੁਲਾਜ਼ਮ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਉੱਥੇ ਹੀ ਗੋਲੀ ਕਾਂਡ ਦੇ ਵਿੱਚ ਕਿਹਾ ਜਾ ਰਿਹਾ ਕਿ ਇੱਕ ਸ਼ਖਸ ਦੇ ਗੋਲੀ ਲੱਗੀ ਹੈ, ਜਿਸ ਦੀ ਕਿ ਹਾਲਤ ਕਾਫੀ ਜ਼ਿਆਦਾ ਗੰਭੀਰ ਹੈ ਅਤੇ ਉਸਨੂੰ ਵੀ ਇਲਾਜ ਦੇ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਦੋ ਧਿਰਾਂ ਦੇ ਵਿਚਕਾਰ ਜ਼ਬਰਦਸਤ ਲੜਾਈ ਹੋਈ ਹੈ ਅਤੇ ਪੁਲਿਸ ਜਦੋਂ ਛੁਡਾਉਣ ਦੇ ਲਈ ਪਹੁੰਚੀ ਤਾਂ ਪੁਲਿਸ ਦੇ ਉੱਤੇ ਵੀ ਹਮਲਾ ਕਰ ਦਿੱਤਾ ਗਿਆ, ਜਿਸ ਦੇ ਵਿੱਚ ਦੋ ਤੋਂ ਤਿੰਨ ਪੁਲਿਸ ਮੁਲਾਜ਼ਮ ਵੀ ਜ਼ਖਮੀ ਹੋਏ ਨੇ। ਤਾਂ ਦੱਸ ਦਈਏ ਕਿ ਪੁਰਾਣੀ ਰੰਜਿਸ਼ ਨੂੰ ਲੈ ਕੇ ਦੇਰ ਰਾਤ ਇੱਕ ਪਿੰਡ ਦੇ ਵਿੱਚ ਦੋ ਗੁੱਟ ਆਮੋ ਸਾਹਮਣੇ ਹੋ ਗਏ। ਪਹਿਲਾਂ ਤਾਂ ਇੱਕ ਦੂਜੇ ਦੇ ਉੱਤੇ ਲਾਠੀ ਡੰਡਿਆਂ ਦੇ ਨਾਲ ਹਮਲਾ ਕੀਤਾ ਗਿਆ ਅਤੇ ਜਿਵੇਂ ਹੀ ਕਿਸੇ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ ਤਾਂ ਪੁਲਿਸ ਜਦੋਂ ਮੌਕੇ ਦੇ ਉੱਤੇ ਇਹਨਾਂ ਨੂੰ ਸ਼ਾਂਤ ਕਰਨ ਦੇ ਲਈ ਪਹੁੰਚੀ ਤਾਂ ਕਿਹਾ ਜਾ ਰਿਹਾ ਕਿ ਪੁਲਿਸ ਦੇ ਉੱਤੇ ਵੀ ਇੱਟਾਂ ਰੋੜਿਆਂ ਦੀ ਬਰਸਾਤ ਕਰ ਦਿੱਤੀ ਗਈ, ਜਿਸ ਦੇ ਵਿੱਚ ਪੁਲਿਸ ਦੇ ਵੀ ਕਈ ਮੁਲਾਜ਼ਮ ਜ਼ਖਮੀ ਹੋਏ ਨੇ। ਤਾਂ ਦੱਸ ਦਈਏ ਕਿ ਖਬਰ ਮੋਗਾ ਦੇ ਪਿੰਡ ਅਮਲੀਵਾਲਾ ਤੋਂ ਸਾਹਮਣੇ ਆਈ ਹੈ, ਜਿੱਥੇ ਕਿ ਦੋ ਗੁੱਟ ਆਪਸ ਦੇ ਵਿੱਚ ਭਿੜੇ ਨੇ, ਦੋਵਾਂ ਧਿਰਾਂ ਦੇ ਵਿਚਾਲੇ ਗੋਲੀਆਂ ਵੀ ਚੱਲੀਆਂ ਨੇ। ਤਾਂ ਦੱਸ ਦਈਏ ਕਿ ਇੱਕ ਸ਼ਖਸ ਨੂੰ ਗੋਲੀ ਲੱਗਣ ਦੀ ਵੀ ਖਬਰ ਸਾਹਮਣੇ ਆਈ ਹੈ ਅਤੇ ਜਦੋਂ ਪੁਲਿਸ ਇਸ ਮਾਮਲੇ ਨੂੰ ਸ਼ਾਂਤ ਕਰਨ ਦੇ ਲਈ ਪਹੁੰਚੀ ਤਾਂ ਪੁਲਿਸ ਦੇ ਉੱਤੇ ਵੀ ਇੱਟਾਂ ਪੱਥਰਾਂ ਦੇ ਨਾਲ ਹਮਲਾ ਕਰ ਦਿੱਤਾ ਗਿਆ। ਤਾਂ ਇਸ ਦੌਰਾਨ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਨੇ, ਜਿਸ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਤੜਕੇ ਤੜਕੇ ਹੁਣ ਪਿੰਡ ਦੇ ਵਿੱਚ ਪੁਲਿਸ ਜੋ ਹੈ ਉਹ ਪਹੁੰਚੀ ਹੈ ਅਤੇ ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ। ਤਾਂ ਮੋਗਾ ਦੇ ਪਿੰਡ ਅਮਲੀਵਾਲਾ ਤੋਂ ਇਹ ਖਬਰ ਸਾਹਮਣੇ ਆਈ ਹੈ, ਜਿੱਥੇ ਕਿ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਧਿਰਾਂ ਆਮੋ ਸਾਹਮਣੇ ਹੋ ਗਈਆਂ। ਲਾਠੀ ਡੰਡਿਆਂ ਤੋਂ ਬਾਅਦ ਨੌਬਤ ਇੱਕ ਦੂਜੇ ਦੇ ਉੱਤੇ ਗੋਲੀ ਚਲਾਉਂਦੀ ਆ ਜਾਂਦੀ ਹੈ ਅਤੇ ਗੋਲੀਆਂ ਜਦੋਂ ਚੱਲਦੀਆਂ ਨੇ ਇਲਾਕੇ ਦੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਜਾਂਦਾ ਹੈ, ਪੁਲਿਸ ਨੂੰ ਸੂਚਿਤ ਕੀਤਾ ਜਾਂਦਾ ਹੈ ਅਤੇ ਪੁਲਿਸ ਦੇ ਮੁਲਾਜ਼ਮ ਜਦੋਂ ਮੌਕੇ ਦੇ ਉੱਤੇ ਪਹੁੰਚਦੇ ਨੇ ਤਾਂ ਪੁਲਿਸ ਦੇ ਉੱਤੇ ਵੀ ਹਮਲਾ ਕਰ ਦਿੱਤਾ ਜਾਂਦਾ ਹੈ। ਦੋ ਤੋਂ ਤਿੰਨ ਮੁਲਾਜ਼ਮ ਜ਼ਖਮੀ ਹੋਏ ਨੇ, ਜਿਨ੍ਹਾਂ ਨੂੰ ਇਲਾਜ ਦੇ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ। ਉੱਥੇ ਹੀ ਗੋਲੀ ਕਾਂਡ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਇੱਕ ਸ਼ਖਸ ਦੇ ਗੋਲੀ ਲੱਗੀ ਹੈ, ਜਿਸ ਦੀ ਕਿ ਹਾਲਤ ਕਾਫੀ ਜ਼ਿਆਦਾ ਗੰਭੀਰ ਹੈ ਅਤੇ ਉਸਨੂੰ ਵੀ ਇਲਾਜ ਦੇ ਲਈ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਇੱਕ ਗੁੱਟ ਨੇ 112 'ਤੇ ਕਾਲ ਕਰਕੇ ਫਾਇਰਿੰਗ ਦਾ ਇੰਸੀਡੈਂਟ ਰਿਪੋਰਟ ਕੀਤਾ ਸੀ, ਜਿਸ ਦੀ ਕਾਰਵਾਈ ਕਰਦੇ ਹੋਏ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਪੁਲਿਸ ਨੇ ਉਦੋਂ ਬਾਅਦ ਵੈਰੀਫਾਈ ਕੀਤਾ ਅਤੇ ਵੈਰੀਫਾਈ ਕਰਨ ਤੋਂ ਬਾਅਦ ਇੱਕ FIR ਨੰਬਰ 110 ਅਸੀਂ ਰਜਿਸਟਰਡ ਕੀਤੀ ਹੈਗੀ ਹੈ, ਜਿਸ ਵਿੱਚ ਇੱਕ ਗੁੱਟ ਜਿਹੜੀ ਹੈਗੀ ਹੈ ਹਰਪ੍ਰੀਤ ਸਿੰਘ ਐਂਡ ਧਰਮਪ੍ਰੀਤ ਸਿੰਘ, ਉਹਨਾਂ ਨੇ ਸਿਮਰਨਜੀਤ ਕੌਰ ਸਿਮਰਨਜੀਤ ਸਿੰਘ ਦੇ ਉੱਪਰ ਗੋਲੀ ਚਲਾਈ ਸੀ। ਸਰ ਕੋਈ ਪੁਲਿਸ
ਕਮੀ ਵੀ ਜ਼ਖਮੀ ਹੋਏ? ਹਾਂ, ਜਦੋਂ ਵੈਰੀਫਾਈ ਕਰਨ ਗਏ ਸੀ ਉਦੋਂ ਕੁਛ ਪੁਲਿਸ ਮੁਲਾਜ਼ਮਾਂ ਦੇ ਵੀ ਸਾਡੇ ਸੱਟ ਲੱਗੀ ਹੈਗੀ ਹੈ, ਅਤੇ ਜਿਹੜੇ ਹੁਣ ਅੰਡਰ ਮੈਡੀਕਲ ਟ੍ਰੀਟਮੈਂਟ ਹੈਗੇ ਆ ਅਤੇ ਅੰਡਰ ਓਬਜ਼ਰਵੇਸ਼ਨ। ਕਿੰਨੇ ਜ਼ਖਮੀ ਹੈ ਸਰ, ਕਿਵੇਂ ਲੱਗੇ ਸੱਟ? 4 ਮੁਲਾਜ਼ਮ ਸਾਡੇ ਹੈਗੇ ਸੀ ਜਿਨ੍ਹਾਂ ਦੇ ਸੱਟਾਂ ਲੱਗੀਆਂ ਨੇ, ਅਤੇ ਜਿਹੜੇ ਜਦੋਂ ਵੈਰੀਫਾਈ ਕਰਨ ਗਏ ਸੀ ਇੰਸੀਡੈਂਟ ਉਦੋਂ ਉਹਨਾਂ ਦੇ ਸੱਟ ਲੱਗੇ। ਗੋਲੀ ਵੀ ਲੱਗੀ ਸਰ? ਹਾਂ, ਇੱਕ ਪ੍ਰਾਈਵੇਟ ਬੰਦੇ 'ਤੇ ਗੋਲੀ ਲੱਗੀ ਹੈਗੀ ਹੈ, ਜਿਸਦੇ ਜੋ ਹੈਗਾ ਸੀ ਉੱਥੇ ਮੌਕੇ 'ਤੇ ਹੀ, ਉਹ ਪਿੰਡ ਦਾ ਬੰਦਾ ਹੈਗਾ, ਉਹਦਾ ਨਾਮ ਮਲਕੀਤ ਸਿੰਘ, ਉਹਦੇ ਗੋਲੀ ਲੱਗੀ ਹੈਗੀ ਹੈ, ਜਿਹੜਾ ਹੁਣ DMC ਐਡਮਿਟ ਹੈਗਾ। ਅਤੇ ਸਰ ਪੁਲਿਸ ਵੱਲੋਂ ਕੀ ਕਰ ਰਹੇ ਹੋ? ਪੁਲਿਸ ਵੱਲੋਂ ਅਸੀਂ FIR ਰਜਿਸਟਰ ਕੀਤੀ ਹੈਗੀ ਹੈ, ਅਤੇ ਅਸੀਂ ਜੋ ਪੁਲਿਸ ਟੀਮ ਬਣਾ ਕੇ ਅਸੀਂ ਆਪਣੇ ਰੇਡ ਕਰਦੇ ਪਏ। ਸਰ ਜਦੋਂ ਪੁਲਿਸ ਪਾਰਟੀ ਉੱਥੇ ਗਈ, ਉੱਥੇ ਹਮਲਾ ਕੀਤਾ ਗਿਆ ਪੁਲਿਸ 'ਤੇ? ਨਹੀਂ, ਅਸੀਂ ਵੈਰੀਫਾਈ ਕਰਦੇ ਪਏ ਹੈਗੇ ਹਾਂ, ਦੱਸਾਂਗੇ ਤੁਹਾਨੂੰ।